ਪੂਰਾ ਰੱਜ ਕੇ ਖਾਣੇ ਨੇ ਚੰਗਾ ਫੁੱਲ ਰੱਜ ਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਗਾਈਜ਼, ਵੈਲਕਮ ਹੈ ਤੁਹਾਡਾ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ 'ਚ। ਕੱਲ੍ਹ ਜਿਵੇਂ ਤੁਸੀਂ ਵੇਖਿਆ ਸੀ ਵੀ ਆਪਾਂ ਨਗਰ ਕੀਰਤਨ ਲਈ ਲੰਗਰ ਦੀ ਤਿਆਰੀ ਕੀਤੀ ਸੀ, ਅਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਵਿਖਾਵਾਂਗੇ ਨਗਰ ਕੀਰਤਨ 'ਤੇ ਜਿਹੜਾ ਆਪਾਂ ਲੰਗਰ ਬਣਾਇਆ ਸੀ ਉਹ ਵਰਤਾਵਾਂਗੇ ਸਾਰਾ ਜੀ। ਅਤੇ ਪਹਿਲਾਂ ਸਭ ਤੋਂ ਅੱਜ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ, ਉਸ ਤੋਂ ਬਾਅਦ ਆਪਾਂ ਦਿਨ ਦੀ ਸ਼ੁਰੂਆਤ ਕਰਾਂਗੇ। ਨਾਲੇ ਤੁਸੀਂ ਦਰਸ਼ਨ ਕਰਿਓ ਅਤੇ ਦਿਨ ਦੀ ਸ਼ੁਰੂਆਤ ਕਰਿਓ। ਆਪਾਂ ਹੁਣ ਚੱਲਦੇ ਹਾਂ ਜੀ ਕਰਨ ਦੇ ਘਰ, ਅਤੇ ਜਾ ਕੇ ਦੇਖਦੇ ਹਾਂ, ਕਰਦੇ ਹਾਂ ਸ਼ੁਰੂ ਕੰਮ। ਗਲੀਆਂ 'ਚ ਸਫਾਈ ਚੱਲ ਰਹੀ ਹੈ ਜੀ, ਨਗਰ ਕੀਰਤਨ ਆਉਣਾ ਨਾ, ਸਾਰੇ ਜਣੇ ਆਪਣੇ ਆਪਣੇ ਘਰ ਅੱਗੋਂ ਸਾਫ਼ ਕਰ ਰਹੇ ਨੇ। ਚੰਗੀ ਤਰ੍ਹਾਂ ਕਰ ਦਿਓ ਬਈ ਸਾਰੇ ਜਣੇ। ਉਹ ਗੋਰਾ ਦੇਖ ਰੇੜੀ ਦੇ ਵਿੱਚ ਚੜਿਆ ਬੈਠਾ, ਚੰਗੀ ਤਰ੍ਹਾਂ ਕਰ ਦੇ। ਗੁੱਡ ਮਾਰਨਿੰਗ ਗਾਈਸ, ਆ ਸਾਰਾ ਸਮਾਨ ਆਪਾਂ ਰਾਤ ਅੰਦਰ ਰੱਖ ਕੇ ਗਏ ਸੀ, ਹੁਣ ਬਾਹਰੇ ਕੱਢਾਂਗੇ। ਅਸੀਂ ਰੱਖਿਆ ਸੀਗਾ, ਮੈਂ ਰੱਖਿਆ ਸੀ, ਬੰਦੇ ਬਾਕੀ ਅੱਜ ਫਿਰ ਕਰਤਾ ਸ਼ੁਰੂ ਕੰਮ, ਤੇ ਦੁਕਾਨ ਆਪਣੀ ਲਾ ਲਈ। ਜਿਹਨੇ ਜਿਹਨੇ ਸਮਾਨ ਲੈਣਾ ਆਰਡਰ ਬੁੱਕ ਕਰਾ ਸਕਦਾ ਆਨਲਾਈਨ ਆਰਡਰ, ਤੇ ਸਮਾਨ ਆਪਾਂ ਪਹੁੰਚਾਵਾਂਗੇ ਜ਼ਿੰਮੇਵਾਰੀ ਨਾਲ, ਡਿਲੀਵਰੀ ਫ੍ਰੀ ਹੈ। ਹਾਂਜੀ, ਨਗਰ ਕੀਰਤਨ ਨਾ ਆਪਣੇ ਹੁਣ ਤਿਆਰੀ ਹੋ ਗਈ ਸੀ, ਵੈਸੇ ਐ ਨੀ ਪਤਾ ਤੁਰ ਵੀ ਨਾ ਪਵੇ, ਕਿਉਂਕਿ ਮੈਂ ਉੱਥੋਂ ਬਾਅਦ ਆ ਗਿਆ ਸੀਗਾ, ਮੈਂ ਕਿਹਾ ਕੱਪੜੇ ਚੇਂਜ ਕਰਕੇ ਆਈਏ, ਉਹ ਗੰਦੇ ਹੋਏ ਪਏ ਸੀਗੇ। ਅਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ, ਦੇਖਦੇ ਆਪਾਂ ਨੂੰ ਰਸਤੇ 'ਚ ਮਿਲਦਾ ਨਗਰ ਕੀਰਤਨ ਜਾਂ ਗੁਰਦੁਆਰਾ ਸਾਹਿਬ ਹੀ ਮਿਲਦਾ, ਅਤੇ ਉਹ ਆਪਾਂ ਨੂੰ ਉੱਥੇ ਜਾ ਕੇ ਪਤਾ ਲੱਗੂ, ਅਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ। ਨਗਰ ਕੀਰਤਨ ਨਾ ਜੀ ਗੁਰਦੁਆਰਾ ਸਾਹਿਬ ਤੋਂ ਨਿਕਲ ਗਿਆ, ਅਤੇ ਆਪਾਂ ਹੁਣ ਚੱਲਦੇ ਹਾਂ ਉਹ ਪਿੰਡ ਦੀ ਦੂਜੀ ਸਾਈਡ, ਉੱਧਰ ਗਿਆ ਹੋਇਆ ਨਗਰ ਕੀਰਤਨ। ਲਿਆਓ ਜੀ, ਪਹਿਲਾਂ ਲੰਗਰ ਆ ਗਿਆ, ਇੱਕ 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 ਲਓ ਜੀ, ਲਓ। ਹਾਂਜੀ ਹਾਂਜੀ, ਆਜੋ ਆਜੋ ਆਜੋ, ਲਓ ਜੀ। ਇਹ ਹੈਗਾ ਸੀ ਪਹਿਲਾਂ ਲੰਗਰ ਸੀਗਾ ਪਿੰਡ ਦਾ, ਅਤੇ ਬ੍ਰੈਡ ਪਕੌੜੇ ਦਾ ਸੀਗਾ, ਆਪਾਂ ਨੂੰ ਮਿਲ ਗਿਆ ਲੰਗਰ। ਨਗਰ ਕੀਰਤਨ ਅੱਗੇ ਲੰਘ ਗਿਆ, ਬਾਹਵਾ ਲੇਟ ਹੋ ਗਏ ਪੱਗ ਬੰਨਣ ਲੱਗ ਗਏ ਨਾ। ਲਓ ਜੀ, ਬਹੁਤ ਦੂਰ ਆ ਗਿਆ ਨਗਰ ਕੀਰਤਨ, ਪਿੰਡ ਦੇ ਦੂਜੀ ਸਾਈਡ ਆ ਗਿਆ ਸੀਗਾ, ਅਤੇ ਰਲ ਗਏ ਆਪਾਂ ਨਗਰ ਕੀਰਤਨ ਨਾਲ, ਹੁਣ ਦਰਸ਼ਨ ਕਰਦੇ ਹਾਂ ਅਤੇ ਕਰਾਉਂਦੇ ਹਾਂ ਤੁਹਾਨੂੰ। ਲਓ ਜੀ, ਆਪਾਂ ਨਗਰ ਕੀਰਤਨ ਦੇ ਦਰਸ਼ਨ ਕਰਕੇ ਆ ਗਏ, ਅਤੇ ਤੁਹਾਨੂੰ ਵੀ ਕਰਾਇਆ, ਹੁਣ ਆਪਾਂ ਕਰਦੇ ਹਾਂ ਲੰਗਰ ਨੂੰ ਦੁਬਾਰਾ ਤਿਆਰ, ਸੰਗਤ ਨੂੰ ਵਰਤਾਉਣਾ ਹੁਣ, ਅਤੇ ਚੱਲਦੇ ਆਪਾਂ ਕਰਨ ਕੇ ਘਰ। ਲਓ ਜੀ, ਚਲਾਤਾ ਕੰਮ ਆਪਾਂ ਨੇ ਬਣਾਉਣ ਲੱਗ ਗਏ ਹੁਣ ਫਾਈਨਲ ਜੀ, ਪਹਿਲਾਂ ਆਪਾਂ ਐਵੇਂ ਕੱਚੇ ਬਣਾਏ ਹੋਏ ਸੀ, ਹੁਣ ਫਾਈਨਲ ਉਹ ਮੈਂ ਪੱਕੇ ਬਣਾ ਤੇ। ਲਓ ਜੀ, ਨਗਰ ਕੀਰਤਨ ਆ ਗਿਆ ਨੇੜੇ, ਹੁਣ ਆਪਾਂ ਕਰ ਰਹੇ ਹਾਂ ਤਿਆਰੀ ਇੱਥੇ। ਓਏ ਕਰਨ ਇੱਥੇ ਜੇ ਕਰ ਲਓ, ਫਿਰ ਸੰਗਤ ਅੱਗੇ ਆ ਜੂ।
ਲਓ ਜੀ ਆਹ ਟਰਾਲੀ ਮਗਰ ਰਹਿ ਗਈ ਸੀ, ਇਹਦੇ ਬੱਚਿਆਂ ਨੂੰ ਆਪਾਂ ਸਿਖਾਉਣੇ ਆ। ਆ ਰਹਿ ਗਈ ਫੌਜ ਸਾਰੀ, ਹੈ ਤੁਸੀਂ ਕਿੱਥੇ ਰਹਿ ਗਏ ਲੁਕੇ? ਪੂਰਾ ਰੱਜ ਕੇ ਖਾਣੇ ਨੇ ਚੰਗਾ, ਫੁੱਲ ਰੱਜ ਕੇ। ਬਹੁਤ ਵਧੀਆ ਸਰ ਗਏ ਜੀ ਆਪਣੇ ਕੋਲ, ਦੇਖੋ ਹਜੇ ਵੀ ਬਚ ਗਏ ਪਕੌੜੇ ਬਹੁਤ ਸਾਰੇ, ਜਿਹੜੇ ਆਪਾਂ ਸਵੇਰੇ ਦੁਬਾਰੇ ਕੱਟ ਲਏ ਮੈਨੂੰ ਲੱਗਦਾ ਉਹਨਾਂ ਕਰਕੇ ਜ਼ਿਆਦਾ ਬਚ ਗਏ, ਹੈ ਨਾ। ਸਵਾਦ ਨੇ ਤੁਹਾਨੂੰ। ਲਓ ਜੀ ਹੁਣ ਆਪਾਂ ਇਹ ਘਰਾਂ 'ਚ ਸਪਲਾਈ ਕਰ ਰਹੇ ਹਾਂ, ਲੰਗਰ ਆਪਣਾ ਬਹੁਤ ਜ਼ਿਆਦਾ ਵੱਧ ਗਿਆ। ਹਾਂਜੀ ਆ ਗਈ, ਤੁਸੀਂ ਸੇਵਾ ਕਰੋ, ਇਹਨੂੰ ਹੋਰ ਭਰ ਦੇ। ਲਓ ਜੀ ਹੋ ਗਿਆ ਆਪਣਾ ਲੰਗਰ ਵਾਲਾ ਫਾਈਨਲ ਕੰਮ, ਹੁਣ ਆਪਾਂ ਰੱਖ ਕੇ ਆਉਣਾ ਸਮਾਨ ਸਾਰਾ ਸਾਂਭਣਾ ਪੈਣਾ ਇੱਥੇ ਹਜੇ। ਲਓ ਜੀ ਆਪਾਂ ਆਏ ਸੀ ਗੁਰਦੁਆਰਾ ਸਮਾਨ ਸਮਾਉਣ, ਅਤੇ ਇੱਥੋਂ ਦਾ ਰੌਣਕ ਮੇਲਾ ਦੇਖੋ ਇੱਧਰ ਦੇ। ਸਾਰਾ ਸਮਾਨ ਸਾਂਭ ਕੇ ਆਪਾਂ ਹੁਣ ਘਰ ਵਾਪਸ ਆ ਗਏ ਸੀਗੇ, ਅਤੇ ਹੁਣ ਥੋੜ੍ਹਾ ਜਿਹਾ ਟਾਈਮ ਰੈਸਟ ਕਰਦੇ ਹਾਂ। 24 ਘੰਟਿਆਂ ਵਾਂਗੂ ਹੋ ਗਏ ਸਾਨੂੰ ਲੱਗਿਆ ਨੂੰ ਪਕੌੜਿਆਂ 'ਤੇ, ਐਤਕੀ ਤਾਂ ਪਤਾ ਨਹੀਂ ਕੰਮ ਹੀ ਨਹੀਂ ਨਿਬੜਿਆ ਜਾਏਗਾ, ਬਹੁਤ ਜ਼ਿਆਦਾ ਕੰਮ ਵੱਧ ਗਿਆ ਸੀ, ਪਕੌੜੇ ਹੀ ਜ਼ਿਆਦਾ ਬਣ ਗਏ ਹੱਦ ਤੋਂ। ਸੰਗਤ ਘੱਟ ਸੀ ਸੀਜ਼ਨ ਕਰਕੇ ਨਾ, ਸੰਗਤ ਵੀ ਘੱਟ ਸੀ ਅਤੇ ਪਕੌੜੇ ਵੀ ਬਹੁਤ ਜ਼ਿਆਦਾ ਵੱਧ ਗਏ, ਤਾਂ ਕਰਕੇ ਫਿਰ ਬਾਅਦ ਬਣਾ ਕੇ ਬਾਅਦ 'ਚ ਸਾਰੇ ਘਰਾਂ 'ਚ ਦੇ ਕੇ ਆਏ, ਇਸ ਕਰਕੇ ਸਾਰਾ ਕੰਮ ਹੀ ਵੱਧ ਜੇ ਗਿਆ। ਹੁਣ ਇੰਨੀ ਲੇਟ ਹੋ ਗਏ, ਨਗਰ ਕੀਰਤਨ ਦੇ ਨਾਲ ਵੀ ਨਹੀਂ ਜਾਇਆ ਗਿਆ ਆਪਾਂ ਨੂੰ, ਗੁਰਦੁਆਰਾ ਸਾਹਿਬ ਵੀ ਨਹੀਂ ਜਾਇਆ ਗਿਆ, ਅਤੇ ਹੁਣ ਸਮਾਨ ਸਾਂਭ ਕੇ ਹੁਣ ਆਪਾਂ ਥੋੜ੍ਹਾ ਟਾਈਮ ਰੈਸਟ ਕਰਕੇ ਫਿਰ ਚੱਲਦੇ ਹਾਂ ਗੁਰਦੁਆਰਾ ਸਾਹਿਬ। ਲਓ ਜੀ ਥੋੜ੍ਹਾ ਟਾਈਮ ਰੈਸਟ ਕਰਨ ਤੋਂ ਬਾਅਦ ਆਪਾਂ ਥੋੜ੍ਹਾ ਕੰਬਲ 'ਚ ਸੌਂ ਹੀ ਗਏ ਸੀਗੇ, ਥੋੜ੍ਹਾ ਕਿ ਜ਼ਿਆਦਾ ਹੀ ਹੋ ਗਿਆ, ਅਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ, ਅਤੇ ਥੋੜ੍ਹਾ ਟਾਈਮ ਸੇਵਾ ਕਰਕੇ ਆਉਂਦੇ ਹਾਂ, ਕਿਉਂਕਿ ਕੱਲ੍ਹ ਵੀ ਨਹੀਂ ਜਾਇਆ ਗਿਆ, ਅੱਜ ਵੀ ਨਹੀਂ ਜਾਇਆ ਗਿਆ, ਲੰਗਰ ਦੀ ਤਿਆਰੀ 'ਚ ਹੀ ਆਪਣਾ ਸਾਰਾ ਟਾਈਮ ਲੰਘ ਗਿਆ, ਅਤੇ ਹੁਣ ਚੱਲਦੇ ਹਾਂ ਥੋੜ੍ਹਾ ਟਾਈਮ ਲਾ ਕੇ ਆਉਂਦੇ ਹਾਂ ਗੁਰਦੁਆਰਾ ਸਾਹਿਬ, ਅਤੇ ਦਿਖਾਉਂਦੇ ਹਾਂ ਤੁਹਾਨੂੰ ਜੀ ਆਪਾਂ ਗੁਰਦੁਆਰਾ ਸਾਹਿਬ। ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ, ਧੁੰਦ ਦੇਖੋ ਪਤਾ ਨਹੀਂ ਕਿਹੜੀ ਸਾਈਡ ਤੋਂ ਆ ਜਾਂਦੀ ਹੈ, ਕਿੱਥੋਂ ਨਹੀਂ, ਇੰਨੀ ਧੁੰਦ ਹੈ ਬਾਹਰ ਵੀ ਹਜੇ ਵੀ ਕੁਛ ਦਿਸਦਾ ਨਹੀਂ। ਇਸ ਵਾਰ ਮਾਹੌਲ ਖਰਾਬ ਹੀ ਹੋਣਾ, ਕਿਉਂਕਿ ਧੁੰਦ ਨਾਲ ਨਾ ਨੁਕਸਾਨ ਬਹੁਤ ਹੋ ਜਾਂਦਾ। ਆਹ ਦੇਖੋ ਤੁਸੀਂ ਕਿੰਨੀ ਧੁੰਦ ਹੈ ਸਾਹਮਣੇ, ਇੱਕ ਝਲਕ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਵੀ ਇੰਨੀ ਧੁੰਦ ਹੋ ਜਾਂਦੀ ਵੀ ਦਿਖਦੇ ਹੀ ਨਹੀਂ। ਚੱਲੇ ਜੀ ਘਰਾਂ ਨੂੰ ਸੰਗਤ, ਹੁਣ ਧੁੰਦ ਦੇਖੋ ਤੁਸੀਂ, ਗੁਰਦੁਆਰਾ ਸਾਹਿਬ ਵੀ ਨਹੀਂ ਦਿਖਦਾ। ਥੱਕੇ ਨਹੀਂ ਹੈਗੇ ਉਹ ਸਾਰਾ ਦਿਨ? ਗੁਰਦੁਆਰਾ ਸਾਹਿਬ ਤੋਂ ਆਪਾਂ ਘਰ ਵਾਪਸ ਆ ਗਏ ਸੀਗੇ, ਅਤੇ ਉੱਥੇ ਤਾਂ ਠੰਡ ਨਾਲ ਬੁਰਾ ਹਾਲ ਹੋ ਗਿਆ, ਅਤੇ ਇਸ ਵਾਰ ਠੰਡ ਹੀ ਬਹੁਤ ਹੋ ਗਈ, ਜਿਹੜੀ ਕਹਿ ਰਹੇ ਸੀ ਵੀ ਠੰਡ ਦੇ ਰਿਕਾਰਡ ਟੁੱਟਣੇ, ਸ਼ਾਇਦ ਉਹੀ ਠੰਡ ਪੈ ਰਹੀ ਹੈ ਵੀ ਰਿਕਾਰਡ ਟੁੱਟਣਗੇ, ਹੈ ਨਾ, ਨਹੀਂ ਤਾਂ ਇੰਨੀ ਠੰਡ ਲੱਗਦੀ ਨਹੀਂ ਹੁੰਦੀ ਆ ਦਿਨਾਂ 'ਚ, ਅਤੇ ਧੁੰਦ ਵੀ ਇੰਨੀ ਹੈ ਕਿ ਦਿਸਦਾ ਹੀ ਨਹੀਂ ਕੁਛ। ਅਤੇ ਬਾਕੀ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਨਗਰ ਕੀਰਤਨ ਦਿਖਾਇਆ, ਅਤੇ ਆਪਾਂ ਜਿਹੜਾ ਲੰਗਰ ਲਾਇਆ ਸੀ ਉਹ ਵਰਤਾਇਆ,
ਅਤੇ ਅੱਜ ਦੇ ਵਲੋਗ 'ਚ ਇੰਨਾ ਹੀ ਆ। ਉਮੀਦ ਕਰਦੇ ਹਾਂ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਊ। ਜੇ ਵਧੀਆ ਲੱਗਿਆ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਮਿਲਦੇ ਹਾਂ ਨੈਕਸਟ ਵਲੋਗ 'ਚ। ਥੈਂਕਸ ਫੋਰ ਵਾਚਿੰਗ। ਬਾਏ ਬਾਏ।